ਬਠਿੰਡਾ 'ਚ ਇੱਕ ਮਜ਼ਦੂਰ 'ਤੇ ਪੱਥਰਾਂ ਦੀ ਸਲੈਬ ਗਿਰ ਗਈ ਅਤੇ ਕਾਫੀ ਘੰਟੇ ਦੀ ਮੁਸ਼ਕਤ ਤੋਂ ਬਾਅਦ ਪੱਥਰ ਦੀ ਸਲੈਬ 'ਚ ਫਸੇ ਮਜ਼ਦੂਰ ਨੂੰ ਬਾਹਰ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇੱਕ ਅਜਮਾਲ ਟੋਨ ਬਹੁਤ 412 'ਚੋਂ ਮੈਸੇਜ ਆਇਆ ਕਿ ਕੋਈ ਪੱਥਰਾਂ ਦੇ ਥੱਲੇ ਗੁਲਾਬ ਸਿੰਘ ਜਿਹੜਾ ਕਿ ਦੱਬਿਆ ਗਿਆ ਉਹ ਟਰੱਕ 'ਚੋਂ ਜਿਹੜੇ ਕਿ ਵੱਡਾ ਮਾਰਬਲ ਹੁੰਦਾ ਉਤਾਰ ਰਹੇ ਸੀ ਉਹ ਕਿਤੇ ਇੱਕ ਪਾਸੋਂ ਲਾਹ ਲਿਆ ਅਤੇ ਇੱਕ ਪਾਸੋਂ ਰਹਿ ਗਿਆ ਉਹ ਟਰੱਕ ਦੇ ਵਿੱਚ ਹੀ ਪੱਥਰ ਟੇਢਾ ਹੋ ਗਿਆ ਉਹਦੀ ਸੰਨ 'ਚ ਬੁਰੀ ਤਰ੍ਹਾਂ ਫਸ ਗਿਆ ਜਿਹਦੀ ਕਿ ਸਹਾਰਾ ਨੇ ਸਿਵਲ ਹਸਪਤਾਲ ਲਿਆਂਦਾ ਉਹਨੂੰ ਬਹੁਤ ਮੁਸ਼ਕਲ ਤੋਂ ਬਾਅਦ ਕੱਢ ਕੇ ਸਿਵਲ ਹਸਪਿਟਲ ਬਠਿੰਡਾ ਵਿੱਚ ਆ ਕੇ ਉਹਦੀ ਮੌਤ ਹੋ ਗਈ ਹੈ। ਇਹ ਜੀ ਲਾਭ ਸਿੰਘ ਆ ਜੀ, ਪਿੰਡ ਸਿਵਿਆਂ ਤੋਂ ਹੈ ਜੀ। ਗੱਡੀ 'ਚ ਪੱਥਰ ਉਤਾਰ ਰਿਹਾ ਸੀ ਜੀ ਅਤੇ ਗੱਡੀ ਦੇ ਵਿੱਚੋਂ ਜੀ ਪਾਲਟੀ ਪੱਥਰ ਪੈ ਗਿਆ ਉੱਤੇ ਡਿੱਗ ਪਿਆ ਜੀ, ਇਸ ਕਰਕੇ ਆਏ ਹਾਦਸਾ ਜੀ। ਅਸੀਂ 10 ਕੁ ਟਨ ਦੇ ਕਰੀਬ ਪੱਥਰ ਹੈ ਜੀ, ਬਹੁਤ ਮੁਸ਼ਕਲ ਕੱਢੀ ਜੀ, ਤਕਰੀਬਨ 100 ਬੰਦੇ ਦੀ ਤਕਰੀਬਨ ਨਾ ਮੁਸ਼ਕਲ ਇਹ ਹੱਲ ਹੋਈ ਹੈ ਜੀ। ਕੋਟਕਪੂਰਾ ਦੇ ਪਿੰਡ ਹਰੀਨੋ ਦੇ ਕੋਲ ਇੱਕ ਕਾਰ ਦੇ ਅੱਗੇ ਪਸ਼ੂ ਆ ਜਾਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਦਰਖਤ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਕਾਰ 'ਚ ਸਵਾਰ 6 ਲੋਕਾਂ ਵਿੱਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਵਿਅਕਤੀਆਂ ਦੀ ਹਸਪਤਾਲ ਇਲਾਜ ਅਧੀਨ ਮੌਤ ਹੋ ਗਈ ਅਤੇ 2 ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੌਰਤਲਬ ਹੈ ਕਿ ਕਾਰ 'ਚ ਸਵਾਰ ਇਹ ਵਿਅਕਤੀ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਅਸੀਂ ਜੀ ਹਰੀਨੌ ਤੋਂ ਬਰਾਤ ਗਏ ਸੀਗੇ GMO ਸੋਡ ਦੇ ਵਿੱਚ ਅਤੇ ਜੋ ਵਾਪਸ ਆ ਰਹੇ ਸੀ ਅਤੇ ਸਾਡਾ ਲੜਕਾ ਸੀ ਪੁਲਿਸ ਦੇ ਵਿੱਚ, ਉਹ ਕਿਤੇ ਮੱਥੇ ਪਿੰਡ ਦੇ ਵਿੱਚ ਆਪਣੀ ਡਿਊਟੀ ਵਾਸਤੇ ਆਇਆ ਹੋਇਆ ਸੀ। ਸਾਡੇ ਨਾਲ ਸੰਪਰਕ ਕੀਤਾ ਵੀ ਤੁਸੀਂ ਕਦੋਂ ਵਾਪਸ ਜਾ ਰਹੇ ਹੋ ਪਿੰਡ ਨੂੰ, ਅਸੀਂ ਕਿਹਾ ਜੀ ਅਸੀਂ ਤੁਰਨ ਲੱਗੇ ਹਾਂ ਅਤੇ ਵੀ ਉਹਨਾਂ ਨੇ ਮੈਨੂੰ ਲਿਫਟ ਦੇ ਦਿਓ ਜੀ। ਰਸਤੇ 'ਚ ਉਹਨੂੰ ਰੋਕ ਲਿਆ ਸੀ ਵੀ ਇੱਥੇ ਰੁਕ ਜਾ, ਉਹ ਉੱਥੇ ਖਲੋਤਾ ਸੀ ਅਤੇ ਅਸੀਂ ਉਹਨੂੰ ਆਪਣੇ ਅਗਲੀ ਗੱਡੀ 'ਚ ਬਿਠਾ ਲਿਆ ਅਤੇ ਉਹ ਰਾਹ ਦੇ ਵਿੱਚ ਕੋਈ ਉਹਨਾਂ ਦੀ ਗੱਡੀ ਦੇ ਅੱਗੇ ਕੋਈ ਵਾਰਾ ਪਸ਼ੂ ਆ ਗਿਆ ਅਤੇ ਉਹ ਬੈਲੈਂਸ ਉਹਨਾਂ ਨਾਲ ਗੱਡੀ ਜਿਹੜੀ ਉਹਨਾਂ ਦੀ ਕਿਸੇ ਦਰਖਤ ਨਾਲ ਕਿੱਕ ਨਾਲ ਟਕਰਾ ਗਈ ਅਤੇ ਉਹਨਾਂ ਦੀ ਉੱਥੇ ਮੌਤ ਹੋ ਗਈ। ਕੱਲ੍ਹ 5:15 ਹਰੀਨੋ ਨੇੜੇ ਐਕਸੀਡੈਂਟ ਹੋਇਆ ਜੋ ਗੱਡੀ ਦਰਖਤ ਵਿੱਚ ਲੱਗੀ ਹੈ, ਵਾਰਾ ਪਸ਼ੂ ਨੂੰ ਬਚਾਉਣ ਕਰਕੇ ਜਿਹੜੀ ਉਹਦੇ ਬਚਾਅ ਕਰਦਾ ਸੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ 2 ਦੀ ਮੌਕੇ 'ਤੇ ਮੌਤ ਹੋ ਗਈ ਹੈ, ਜਿਹਦੀ ਸ਼ਨਾਖਤ ਸਿਪਾਹੀ ਸਰਜ ਸਿੰਘ ਅਤੇ ਅਮਨਦੀਪ ਦੀ ਮੌਕੇ 'ਤੇ ਮੌਤ ਹੋ ਗਈ। ਹੁਣ ਪਤਾ ਲੱਗਿਆ ਤੀਜੇ ਆਦਮੀ ਜਿਹੜਾ ਰੈਫਰ ਕੀਤਾ ਸੀ ਅੰਮ੍ਰਿਤਸਰ ਉਹਦੀ ਵੀ ਮੌਤ ਹੋ ਗਈ ਹੈ। ਹਰਿਆਣਾ ਦੇ ਹਿਸਾਰ ਵਿੱਚ ਇੱਕ ਟਰੈਕਟਰ ਅੱਗੇ ਪਸ਼ੂ ਆ ਜਾਣ ਕਾਰਨ ਹਾਦਸਾ ਵਾਪਰ ਗਿਆ ਜਿਸ ਵਿੱਚ ਟਰੈਕਟਰ ਚਾਲਕ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਤੂੜੀ ਵੇਚਣ ਦਾ ਕੰਮ ਕਰਦੇ ਸਨ ਅਤੇ ਰਾਜਸਥਾਨ ਤੋਂ ਤੂੜੀ ਵੇਚ ਕੇ ਵਾਪਸ ਆ ਰਹੇ ਸਨ। ਦੋਵੇਂ ਮ੍ਰਿਤਕ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉੱਥੇ ਪਿੰਡ ਵਾਲਿਆਂ ਨੇ ਇਸ ਨੂੰ ਮੱਦਭਾਗੀ ਘਟਨਾ ਦੱਸਦੇ ਹੋਏ ਮਦਦ ਦੀ ਮੰਗ ਕੀਤੀ ਹੈ। ਜਿਹੜੀ ਮੇਰੇ ਪਿੰਡ ਢੋਲੀ ਕਲਾਂ ਵਿਖੇ ਇਹ ਘਟਨਾ ਹੋਈ ਹੈ ਜੀ, ਅਚਨਚੇਤ ਹੋਈ ਹਿਸਾਰ ਦੇ ਲਵੇ ਜਿਹੜਾ ਸਾਲਾਸਰ ਰੋਡ ਜਾਂਦਾ ਗਾ ਰਾਜਸਥਾਨ ਨੂੰ, ਉੱਥੇ ਸਾਡੇ ਇਹ ਭੋਲਾ ਸਿੰਘ ਜੀ ਕਿਸੇ ਟਰੈਕਟਰ ਤੋਂ ਡਰਾਈਵਰੀ ਕਰਦੇ ਸੀ, ਵਿਚਾਰੇ ਆਪਦਾ ਬੱਚੇ ਪਾਲਦੇ ਸੀ। ਕੱਲ੍ਹ ਦੀ ਘਟਨਾ ਜਿਹੜੀ ਇਹ ਜਦੋਂ ਉੱਧਰ ਵਾਪਸ ਆ ਰਹੇ ਸੀਗੇ ਰੋਡ ਦੇ ਉੱਪਰ ਗਊ ਆ ਗਈ, ਰੋਡ ਦੇ ਉੱਪਰ ਟਰੈਕਟਰ ਦੇ ਮੇਰੇ ਗਊ ਆ ਗਈ, ਗਊ ਨੂੰ ਬਚਾਉਂਦੇ ਬਚਾਉਂਦੇ ਟਰੈਕਟਰ ਜੰਪ 'ਤੇ ਗਿਆ, ਜੰਪ ਤੋਂ ਟਰੈਕਟਰ ਟਰਾਲੀ ਮੁੜ ਕੇ ਸਥਾਨ 'ਚ ਡਿੱਗ ਗਏ ਜਿਹਦੇ ਕਾਰਨ ਦੀ ਮੌਤ ਹੋ ਗਈ। ਨਾ ਤਾਂ ਕਿਸੇ ਦਾ ਕਸੂਰ ਸੀ ਔਰ ਨਾ ਹੀ ਆਪਾਂ ਕਿਸੇ ਨੂੰ ਕਹਿ ਸਕਦੇ, ਵਾਹਿਗੁਰੂ ਨੇ ਕਰੀ ਆ, ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ। ਅਤੇ ਹੁਣ ਬੇਨਤੀ ਹੈ ਸਰ ਸਰਕਾਰ ਅਤੇ ਪੰਚਾਇਤ ਨੂੰ ਬੇਨਤੀ ਜ਼ਰੂਰ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜੀ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇ। ਜਲਦ ਅਮੀਰ ਬੰਦੇ ਚੱਕਰ ਵਿੱਚ 2 ਨੌਜਵਾਨਾਂ ਨੂੰ ਸਲਾਖਾਂ ਪਿੱਛੇ ਜਾਣਾ ਪਿਆ। ਜਾਣਕਾਰੀ ਅਨੁਸਾਰ ਕ੍ਰਾਈਮ ਬ੍ਰਾਂਚ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ 500 ਅਤੇ 1000 ਰੁਪਏ ਦੇ ਨਕਲੀ ਨੋਟ ਛਾਪਣ ਦਾ ਕੰਮ ਕਰਦੇ ਸਨ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ 1 ਲੱਖ ਦੇ ਨਕਲੀ ਨੋਟ ਵੀ ਬਰਾਮਦ ਕੀਤੇ ਨੇ। ਫਿਲਹਾਲ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕਰਕੇ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਹੈ। बस स्टैंड के पास 2 लड़के हैं और वो अभी फैक करेंसी लेके मतलब आ रहे हैं ऊपर से, अगर आप उनको रेड करो तो काबू आ सकते हैं। हमने इनको पूछा, पूछने के बाद इनको काबू किया, काबू करने के बाद इनसे अपना नाम पता पूछा, एक ने अपना नाम अखिल और एक ने हेमंत बताया। फॉर ऑल अपडेटेड न्यूज़ प्लीज सब्सक्राइब एवन न्यूज़ एंड रिंग द बेल।